ਸੁਖਪਾਲ ਖਹਿਰਾ ਤੋਂ ਕਾਂਗਰਸ ਨੇ ਕਿਨਾਰਾ ਕਰ ਲਿਆ। ਪ੍ਰਤਾਪ ਬਾਜਵਾ ਨੇ ਸੁਖਪਾਲ ਖਹਿਰਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਸੁਖਪਾਲ ਖਹਿਰਾ ਦੇ ਬਿਆਨ ਦੇ ਨਾਲ ਕਾਂਗਰਸ ਸਹਿਮਤ ਨਹੀਂ ਹੈ। ਪ੍ਰਤਾਪ ਬਾਜਵਾ ਹੀ ਕਹਿੰਦੇ ਹੋਏ ਨਜ਼ਰ ਆਏ। ਉਹਨਾਂ ਕਿਹਾ ਕਿ ਹਰ ਕਿਸੇ ਨੂੰ ਦੇਸ਼ ਦੇ ਵਿੱਚ ਕਿਤੇ ਵੀ ਕੰਮ ਕਰਨ ਦੀ ਮਰਜ਼ੀ ਹੈ। ਸੰਗਰੂਰ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਖਹਿਰਾ ਦੇ ਬਿਆਨ ਤੇ ਪ੍ਰਤਾਪ ਬਾਜਵਾ ਇੱਥੇ ਪਲਟਵਾਰ ਕਰਦੇ ਹੋਏ ਨਜ਼ਰ ਆਏ ਤੇ ਉਹਨਾਂ ਕਿਹਾ ਕਿ ਕਾਂਗਰਸ ਇਸ ਬਿਆਨ ਤੋਂ ਸਹਿਮਤ ਨਹੀਂ ਹੈ। ਨਾਲ ਪੰਜਾਬ ਦੀ ਕਾਂਗਰਸ ਅਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨੇ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਾ ਤੌਰ ਕਹਿ ਦਿੱਤਾ ਹਰ ਹਿੰਦੁਸਤਾਨੀ ਨੂੰ, ਹਰ ਸੂਬੇ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਪੂਰਨ ਆ ਕੇ ਆਪਣੀ ਵੋਟ ਬਣਾਉਣ ਦਾ ਵੀ ਕੰਮ ਲਿਆਉਣ ਦਾ ਵੀ। ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ, ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨੇ। ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਅਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨੇ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਾ ਤੌਰ ਕਹਿ ਦਿੱਤਾ ਹਰ ਹਿੰਦੁਸਤਾਨੀ ਨੂੰ, ਹਰ ਸੂਬੇ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਪੂਰਨ ਆ ਕੇ ਆਪਣੀ ਵੋਟ ਬਣਾਉਣ ਦਾ ਵੀ ਕੰਮ ਲਿਆਉਣ ਦਾ ਵੀ। ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ, ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨੇ। ਖਹਿਰਾ